ਯੂ ਵਟਸਅਪ ਹੋ ਜਿਸ ਕਿਵੇਂ ਹੋ, ਕੀ ਹਾਲ ਚਾਲ? ਆਫਟਰ ਔਨ ਮਾਈ ਔਨ ਈਪੀ ਰੱਖ ਕੇ ਨੇ ਆਪਣੀ ਨਵੀਂ ਈਪੀ ਅਨਾਊਂਸ ਕਰ ਦਿੱਤੀ ਹੈ ਜੀ, ਜਿਸ ਈਪੀ ਦਾ ਨਾਮ ਹੈ ਰਾਹ ਰੋਕ ਦੇ। ਇਹ ਤਾਂ ਲੇਟੈਸਟ ਨਿਊਜ਼ ਹੈ। ਐਂਡ ਇਸ ਈਪੀ ਦਾ ਪੋਸਟਰ ਡਰੋਪ ਕਰਨ ਤੋਂ ਪਹਿਲਾਂ ਰਾਖੀ ਵੱਲੋਂ ਇੱਕ ਗਾਣੇ ਦਾ ਪੋਸਟਰ ਵੀ ਛੱਡਿਆ ਗਿਆ ਸੀ, ਜਿਸ ਗਾਣੇ ਦਾ ਨਾਮ ਸੀ ਕੀ ਲੱਗਦਾ। ਇਸ ਗਾਣੇ ਦੀ ਤਾਂ ਰਿਲੀਜ਼ ਡੇਟ ਵੀ ਅਨਾਊਂਸ ਕਰ ਦਿੱਤੀ ਗਈ ਹੈ, ਜੋ ਕਿ 23rd ਯਾਨੀ ਕਿ 23 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ। ਬਿਫੋਰ ਈਪੀ ਇਹ ਗਾਣਾ ਰਿਲੀਜ਼ ਕੀਤਾ ਜਾਊਗਾ। ਬਾਕੀ ਈਪੀ ਅਤੇ ਈਪੀ ਦੀ ਰਿਲੀਜ਼ ਡੇਟ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਜਾਵੇ ਈਪੀ ਦਾ ਪੋਸਟਰ ਬੜੇ ਵੱਖਰੇ ਤਰੀਕੇ ਨਾਲ ਡਿਜ਼ਾਈਨ ਹੋਇਆ ਹੈ ਨਾ, ਜਿੱਦਾਂ ਪਹਿਲੀਆਂ ਪੁਰਾਣੀਆਂ ਟੇਪਾਂ ਆਉਂਦੀਆਂ ਹੁੰਦੀਆਂ ਸੀ ਨਾ, ਟੇਪ ਟਾਈਪ ਡਿਜ਼ਾਈਨ ਹੋਇਆ ਲੱਗਦਾ। ਅਰੇ ਸਰ ਕਿਆ ਬਾਤ ਹੈ। ਈਪੀ ਦੇ ਪਹਿਲੇ ਗਾਣੇ ਦਾ ਨਾਮ ਹੈ ਰਾਹ ਰੋਕ ਦੇ, ਰਾਕਾ ਫੀਚਰਿੰਗ ਸਿਮਰ ਕੌਰ ਨਾਲ। ਸਿਮਰ ਕੌਰ ਨੇ ਫੀਮੇਲ ਵੋਕਲ ਦਿੱਤੀ ਹੈ। ਦੂਜੇ ਗਾਣੇ ਦਾ ਨਾਮ ਹੈ ਜਾਣ ਸੁੱਕੇ, ਜਿਹਦੇ ਵਿੱਚ ਰਾਕਾ ਨਾਲ ਫੀਚਰਿੰਗ ਕੀਤੀ ਹੈ ਜੈਸਮਿਨ ਅਖਤਰ ਨੇ। ਮਤਲਬ ਆਈ ਥਿੰਕ ਇਹ ਗਾਣੇ ਸਾਰੇ ਓਲਡ ਨੋਸਟੈਲਜਿਕ ਟਾਈਪ ਦੇ ਹੋਣ ਵਾਲੇ ਆ, ਜਿੱਦਾਂ ਰਾਕੇ ਦਾ ਰੀਸੈਂਟਲੀ ਗਾਣਾ ਆਇਆ ਸੀ ਜੇ ਤੂੰ ਤਿਲਕੇ ਡਿੱਗ ਜੇ, ਹੈ ਨਾ, ਉੱਦਾਂ ਦਾ ਕੁਛ ਹੋਣ ਵਾਲਾ। ਲਾਸਟ ਬਟ ਨੋਟ ਲੀਸਟ ਤੀਜੇ ਗਾਣੇ ਦਾ ਨਾਮ ਹੈ ਜੀ ਕੀ ਸੋਚਦਾ, ਰਾਕਾ ਫੀਚਰਿੰਗ ਸੁਦੇਸ਼ ਕੁਮਾਰੀ। ਓਕੇ, ਸੋ ਆਈ ਥਿੰਕ ਸੁਦੇਸ਼ ਕੁਮਾਰੀ ਦੀ ਕੋਈ ਵੋਕਲ ਸੈਂਪਲ ਕੀਤੀ ਗਈ ਆ ਜਾਂ ਸੁਦੇਸ਼ ਕੁਮਾਰੀ ਜੀ ਨੂੰ ਫੀਚਰ ਕੀਤਾ ਗਿਆ ਇਸ ਗਾਣੇ ਦੇ ਵਿੱਚ। ਐਂਡ ਇਸ ਪੂਰੀ ਈਪੀ ਦੇ ਵਿੱਚ ਮਿਊਜ਼ਿਕ ਦਿੱਤਾ ਜੀ ਮੈਵਿਨ ਨੇ। ਹਾਲੇ ਇਸ ਈਪੀ ਦੀ ਓਫੀਸ਼ੀਅਲ ਰਿਲੀਜ਼ ਡੇਟ ਅਨਾਊਂਸ ਨਹੀਂ ਹੋਈ, ਬਟ ਜਿਸ ਹਿਸਾਬ ਨਾਲ ਪੋਸਟਰ ਛੱਡਿਆ ਗਿਆ, ਹੋ ਸਕਦਾ ਰਾਕਾ ਸਰਪ੍ਰਾਈਜ਼ਿੰਗਲੀ ਇਸ ਈਪੀ ਨੂੰ ਛੇਤੀ ਤੋਂ ਛੇਤੀ ਡਰੋਪ ਕਰ ਦੇ। ਬਾਕੀ ਤੁਹਾਡੇ ਕੀ ਓਪੀਨੀਅਨ ਆ, ਕਿੰਨੇ ਐਕਸਾਈਟਡ ਇਸ ਈਪੀ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਕਿਸੇ ਹੋਰ ਵੀਡੀਓ 'ਚ।